ਸਤਿ ਸ਼੍ਰੀ ਅਕਾਲ। ਜਿਵੇਂ ਕਿਸੇ ਨੂੰ ਪਤਾ ਹੁਣ ਆਪਣਾ ਦਾਣਾ ਸਾਰਾ ਪਾਇਆ ਵਾ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵਾਲੀ ਵੀਡੀਓ 'ਚ ਵੀ ਉਹੀ ਤਜਰਬਾ ਦਿਖਾਉਣਾ ਤੁਹਾਨੂੰ। ਸੰਨੀ ਇਹ ਖਾਈ ਜਾਂਦੀਆਂ, ਠੀਕ ਹੈ, ਤਾਂ ਦੇਖੋ ਇਧਰਲੇ ਪਾਸੇ ਆਉਂਦੀਆਂ ਆਉਂਦੀਆਂ ਨਹੀਂ, ਇਹਨਾਂ ਦੀ ਅੱਧੀ ਅੱਧੀ ਸੰਨੀ ਰਹਿ ਗਈ, ਅੱਧੀ ਅੱਧੀ ਜਾਣੀ ਕਿ ਇਹਨਾਂ ਨੇ ਖਾ ਲਈ। ਖਾਂਦੀਆਂ ਨੇ ਇਵੇਂ ਚੱਕਰੀ, ਜਿਹੜੇ ਇਧਰਲੇ ਮਗਰੋਂ ਪਸ਼ੂਆਂ ਨੂੰ ਸੰਨੀ ਪੈਂਦੀ ਹੈ, ਇਹਨਾਂ ਕੋਲ ਵੀ ਅੱਧੀ ਅੱਧੀ ਖਾ ਲਈ ਅਤੇ ਅੱਧੀ ਅੱਧੀ ਰਹਿ ਗਈ। ਅਤੇ ਹੁਣ ਜਿਵੇਂ ਜਿਵੇਂ ਇੱਧਰੋਂ ਖਾਈ ਜਾਂਦੀਆਂ ਤੁਸੀਂ ਦੇਖੀ ਚਲੋ, ਜਿਹੜੇ ਜਿਹੜੇ ਨੇ ਖਾ ਲਈ ਬਸ ਉਹ ਤਾਂ ਖੜ ਜੂ। ਕਈ ਪਸ਼ੂਆਂ ਦੀ ਸਪੀਟ ਹੁੰਦੀ ਹੈ, ਜਿਵੇਂ ਵਿੱਚ ਗਾਂ ਦੱਸਿਆ, ਜਿਵੇਂ ਕੋਈ ਇੱਕ ਅੱਧਾ ਪਸ਼ੂ ਪਹਿਲਾਂ ਪਾਣੀ ਵੀ ਭਾਲਦਾ ਹੁੰਦਾ ਬਾਈ ਦਿੱਧੀ ਖਾ ਕੇ। ਤਾਂ ਹੁਣ ਦੇਖ ਸਕਦਾ ਜਿਵੇਂ ਆਹ ਝੋਟੀਆਂ ਇਹਨਾਂ ਨੇ ਕਿੰਨੀ ਕਿੰਨੀ ਕੁ ਖਾਧੀ ਹੈ, ਇਹਨਾਂ ਨੇ ਸਾਰੀ ਜਿਹੜੀ ਉੱਤੇ ਖਲ ਪਾਈ ਵੀ ਸੀਗੀ ਬੜੇਮਿਆਂ ਦੀ ਖਾ ਗਈਆਂ, ਅਤੇ ਕੁਛ ਮਾੜੀ ਜਿਹੀ ਰੋਲੀ ਜੀ ਪਈ ਹੈ, ਥੋੜ੍ਹੀ ਬਹੁਤੀ ਇਹਦਾ ਵੀ ਐਂ ਕੀਤਾ ਵਾ ਦੇ ਉੱਤੇ ਉੱਤੇ ਖਾ ਗਈਆਂ। ਮਤਲਬ ਹੁਣ ਇਹ ਖਾਈ ਜਾਂਦੀਆਂ ਸਾਰੀਆਂ। ਜਦੋਂ ਇੱਧਰੋਂ ਵਿੱਚ ਆਵਾਂਗੇ ਆਪਾਂ, ਤੁਸੀਂ ਇੱਧਰੋਂ ਦੇਖੋਗੇ ਇੱਧਰੋਂ ਹਜੇ ਮਾੜੀ ਮੋਟੀ ਮੂੰਹ ਮਾਰੀ ਜਾਂਦੀਆਂ ਹੋਣੀਆਂ ਖੋਲ੍ਹਣੀ 'ਚ ਵੀ ਕਿਸੇ ਨੇ ਖਾ ਲਈ ਅਤੇ ਕਿਸੇ ਨੇ ਹਜੇ ਖਾਣੀ ਹੋ ਗਿਆ ਦੇ, ਠੀਕ ਹੈ ਜੀ, ਖਾਲੀ ਹੋ ਜਾਂਦੀਆਂ ਖੋਲ੍ਹਣੀਆਂ। ਆਹ ਜੀ ਮੈਂ ਇਹਦੇ ਪਰ ਲਈ ਅਤੇ ਕਰੋਗ ਰੋਗ। ਤਾਂ ਹੁਣ ਜਦੋਂ ਇਸ ਤਰ੍ਹਾਂ ਇੱਧਰੋਂ ਜਾਈ ਜਾਂਦੇ ਹਾਂ ਅਤੇ ਉੱਧਰਲੇ ਪਾਸੇ ਨੂੰ ਆਦੇ, ਹਜੇ ਇਹਨਾਂ ਨੂੰ ਕੋਈ ਅੱਛ ਵੀ ਨਹੀਂ ਹਜੇ, ਕਿਉਂਕਿ ਇਹਨਾਂ ਨੇ ਹੁਣੀ ਫੀਡ ਹਜੇ ਜਿਹੜੀ ਖਾਧੀ ਆ, ਦੋ ਚਾਰ ਮਿੰਟ ਪਹਿਲੀ ਆਪਾਂ ਕਹਿ ਸਕਦੇ ਹਾਂ ਵੀ ਉੱਧਰਲੇ ਪਾਸੇ ਨੂੰ ਚਲੇ ਗਏ, ਉੱਧਰੋਂ ਚੱਲ ਕੇ 20 ਮਿੰਟਾਂ ਦੇ ਵਿੱਚ ਸਾਰੀ ਸੰਨੀ ਹੋ ਜਾਂਦੀ ਹੈ, ਮੰਨ ਲਓ ਕਟਰੂਆਂ ਤੋਂ ਲਾ ਕੇ। ਹੁਣ 20 ਮਿੰਟਾਂ ਵਾਲੀ ਜਿਹੜੀ ਸਾਰੀ ਸੰਨੀ ਹੋ ਗਈ, ਹੁਣ 20 ਮਿੰਟਾਂ ਤੋਂ ਬਾਅਦ ਜਿਹੜਾ ਕੰਮ ਚੱਲਦਾ ਉਦੋਂ ਬਾਅਦ ਪਾਣੀ ਦਾ ਚੱਲ ਪਾਉਂਦਾ, ਕਿਉਂਕਿ ਆਹ ਉਹਨੂੰ ਖਾ ਲੈਂਦੀਆਂ 15-20 ਮਿੰਟਾਂ 'ਚ। ਹੁਣ ਆਹਦੇ 15-20 ਮਿੰਟਾਂ ਦੇ ਵਿੱਚ ਆਹਦੇ ਜਿਹੜਾ ਪਾਣੀ ਦਾ ਕੰਮ ਚੱਲੀ ਜਾਂਦਾ, ਜਿਹਨੇ ਪਾਣੀ ਪੀਣਾ ਸੀ ਜਿੰਨਾ ਕੁ ਪੀਣਾ ਸੀ ਉਹਨੇ ਪੀ ਲਿਆ, ਆਹਦਾ ਭਾਰਾ ਇਹਦਾ ਬੱਠਲ ਹੋਰ। ਤਾਂ ਆਹਦੇ ਜਿਵੇਂ ਹੁਣ ਇਹ ਵੀ ਪਾਣੀ ਪੀ ਜਾਂਦੀ ਹੈ, ਬੱਠਲ ਵੱਡੇ ਲੱਗੇ ਹੁੰਦੇ ਆ ਇਸ ਵੇਲੇ। ਹੁਣ ਇਹ ਸੰਨੀ ਸੁੰਨੀ ਖਾ ਕੇ ਜਮ੍ਹਾਂ ਹੁਣ ਇਸ ਤੋਂ ਬਾਅਦ ਬਾਹਰ ਜਾਣ ਲੱਗਣੀਆਂ, ਪਾਣੀ ਪੂਣੀ ਪੀ ਕੇ ਜਮ੍ਹਾਂ ਖੋਲ੍ਹਣੀਆਂ ਚੱਟ ਜਾਣੀਆਂ ਆਪਦੀ। ਇਹ ਕਹਿਣ ਦਾ ਭਾਵ ਇਸ ਤੋਂ ਬਾਅਦ ਵਿੱਚ ਹੱਥ ਮਾਰਨ ਦੀ ਲੋੜ ਵੀ ਨਹੀਂ ਪੈਣੀ, ਖੋਲ੍ਹਣੀਆਂ ਜਮ੍ਹਾਂ ਖਾ। ਤਾਂ ਬਾਕੀ ਇਸ ਤਰ੍ਹਾਂ ਹੀ ਪ੍ਰੋਸੈਸ ਚੱਲਦਾ। ਹੁਣ ਜਿਵੇਂ ਜਿਵੇਂ ਇੱਕ ਵਾਰੀ ਹੁਣ ਤੋਤਾ ਕੱਖ ਲੱਦੀ ਜਾਂਦਾ ਸੀ, ਉਹ ਇੱਧਰ ਗੱਡੀ ਲੈ ਕੇ ਆਜੂ। ਹੁਣ ਜਿਵੇਂ ਜਿਵੇਂ ਮੰਨ ਲਓ ਇੱਧਰਲੇ ਪਾਸਿਆਂ ਦੇ ਸਾਹ ਇੱਥੋਂ ਤੱਕ ਚਲੀ ਗਈ, ਦਰਖਤ ਨਾ ਹੋਣ ਕਰਕੇ ਇੱਧਰੋਂ ਸਾਹ ਵਧੀ ਆਊਗੀ, ਤਾਂ ਹੁਣ ਇਹਨਾਂ ਨੇ ਪਾਣੀ ਪੂਣੀ ਪੀ ਜਾਣੀਆਂ ਦੇ ਆ, ਸ਼ਾਂਤੀ ਨਾਲ ਖੜੀਆਂ ਦੀ ਵੇਟ ਕਰੀ ਜਾਂਦੀਆਂ ਪਾਣੀ ਦੀਆਂ। ਆਹਦੇ ਜਿਵੇਂ ਜਿਵੇਂ ਇੱਧਰੋਂ ਜਾਵਾਂਗੇ ਮਾੜੀ ਮੋਟੀ, ਆਹ ਦੇਖ ਸਕਦੇ ਹਾਂ ਤੁਸੀਂ, ਆਹਦੇ ਸਾਰੀਆਂ ਆਪਣੇ ਮਗਰ ਲਿਆ ਕੇ ਨਹੀਂ ਝਾਕਦੇ ਨੇ ਇਹ। ਦੇਖੋ ਇੱਧਰ ਨੂੰ ਜਾਵੋਗੇ ਉਵੇਂ ਉਵੇਂ ਜ਼ਿਆਦਾ ਮੂੰਹ ਚੱਲੀ ਜਾਊਗਾ, ਕਿਉਂਕਿ ਸੰਨੀ ਇੱਧਰ ਨੂੰ ਜਾਂਦੇ ਜਾਂਦੇ ਬੈਕ ਵੀ ਹੜਦੇ ਜਾਂਦੇ ਆ। ਤਾਂ ਦੇਖ ਲਓ ਜੀ ਹੁਣ ਇਹ ਮੰਗਦੀ ਹੈ, ਇਸ ਤੋਂ ਬਾਅਦ ਪਾਣੀ ਜਦੋਂ ਨੂੰ ਇੱਥੇ ਆਉਣਾ ਪਹੁੰਚਣਾ, ਜੇ ਤੁਸੀਂ ਵੀਡੀਓ ਦੇ ਵਿੱਚ ਵੀ ਆਪਾਂ ਰੋਕ ਕੇ ਦਿਖਾਈਏ, ਜਦੋਂ ਨੂੰ ਇਹਨਾਂ ਨੂੰ ਆ ਕੇ ਪਾਣੀ ਪਿਆਉਣਾ, ਉਦੋਂ ਨੂੰ ਬਸ ਜਿਹਨੇ ਤਾਂ ਖਾਣੀ ਹੋਊ ਤਾਂ ਸਾਰੀ ਖਾਲੀ ਕਰ ਦੂੰ, ਤਾਂ ਜਿਹਦੇ ਮੂਹਰੇ ਮਾੜੀ ਮੋਟੀ ਪਈ ਆ ਉਹਨੇ ਪਾਣੀ ਪੀ ਕੇ ਖਾਲੀ ਕਰ ਦੇਣਾ ਕੰਮ। ਅਤੇ ਪਰ ਹਜੇ ਆਦੇ ਬੰਦੇ ਦੀ ਝਾਕ ਨਾਲ ਜਮਾ ਨਹੀਂ ਛੱਡਦੀਆਂ ਜਿੰਨਾ ਟਾਈਮ ਕੰਮ ਚੱਲੀ ਜਾਂਦਾ, ਠੀਕ ਆ, ਇਹਨਾਂ ਨੇ ਖਾਈ ਜਾਣਾ ਉਨਾ ਟਾਈਮ। ਰੋਜ਼ ਹੀ ਇਹ ਕੰਮ ਕਰਦੀਆਂ, ਆਪਦੇ ਕੰਨੀ ਨਾ ਖਿੱਚਿਆ ਕਰ ਸਾਰਾ ਕੁਝ। ਇਹ ਕੱਟੀ ਵੱਡੀ ਹੋ ਗਈ ਥੋੜ੍ਹੀ ਜਿਹੀ, ਉਹਦੀ ਸਾਰੀ ਸੰਨੀ ਸੁੰਨੀ ਆਪਦੇ ਕੰਨੀ ਧੱਕ ਲਿਆਉਂਦੀ ਹੈ। ਦੇਖੋ ਅੱਜ ਦੀ ਅਪਡੇਟ ਸਿਰਫ ਇਕੱਲੀ ਆਉਣ ਲਈ ਪਾਣੀ ਵਾਸਤੇ ਸੀਗਾ ਵੀ ਇੰਨਾ ਕੁ ਟਾਈਮ ਹੀ ਲੱਗਦਾ, ਸੰਨੀਆਂ ਤੋਂ ਬਾਅਦ ਹੁਣ ਇੱਕ ਜਣਾ ਖੁੱਖਾਂ ਦਾ ਕੰਮ ਕਰੀ ਚੱਲੂਗਾ, ਅਤੇ ਕਿਉਂਕਿ ਪਾਣੀ ਦਾ ਕੰਮ ਇੱਕ ਜਣੇ ਦੀ ਰਹਿ ਜਾਂਦਾ, ਹੁਣ ਇਹਨੇ ਪਾਣੀ ਪਿਆਉਂਦੇ ਇੱਧਰ ਨੂੰ ਆਈ ਜਾਣੇ। ਇੱਕ ਬੱਠਲ ਵੱਡਾ ਲੱਗਿਆ ਹੁੰਦਾ, ਪਾਣੀ ਵੀ ਨਹੀਂ ਵੇਸਟ ਜਾਂਦਾ, ਦੋ ਪਸ਼ੂ ਉਹਦੇ 'ਚ ਪੀ ਜਾਂਦੇ ਆ, ਘੱਟੋ ਘੱਟ 60-70 ਕਿਲੋ ਪਾਣੀ ਪੀ ਜਾਂਦਾ। ਇੱਕ ਮੱਝ ਦੇ ਪੀਂਦੇ ਪੀਂਦੇ ਜਦੋਂ ਅੱਧਾ ਪੌਣਾ ਬੱਠਲ ਹੋ ਜਾਂਦਾ, ਦੋਨੇ ਮੱਝਾਂ ਦੀ ਤਸੱਲੀ ਹੋ ਜਾਂਦੀ ਹੈ, ਮਤਲਬ ਕਹਿਣ ਦਾ ਭਾਵ। ਤਾਂ ਉਦੋਂ ਬਾਅਦ ਗਾਹਾਂ ਰਸਕਾ ਦੇਈਦਾ ਬੱਠਲ, ਇੱਦਾਂ ਵਾ ਕਰਦੇ ਕਰਦੇ ਸਾਰੇ ਪਾਣੀ ਪੀ ਲੈਣਗੇ। ਦੇਖੋ ਜੀ ਗਰੋਥ, ਹੁਣ ਬਾਗੀ ਅਤੇ ਟਰਜਨ ਖੜਾ, ਬਾਗੀ ਸੂਰਮਾ ਕਦ ਕੁਦ ਬਹੁਤ ਚੱਕਿਆ ਕਟਾਣੀ ਉਮਰ ਦੇ ਹਿਸਾਬ ਨਾਲ, ਉਹ ਲਗਭਗ ਸਾਲ ਦਾ ਹੋ ਗਿਆ, ਅਤੇ ਆਹ ਹਜੇ ਇਸ ਨੂੰ ਪਤਾ ਹੀ ਆ ਛੋਟੀ ਹੈ, ਇਹਦਾ ਨਵੰਬਰ ਦਾ ਜਨਮ ਹੋਇਆ ਵਾ। ਆਹਦੇ ਇਸ ਤਰ੍ਹਾਂ ਜਿਵੇਂ ਹੁਣ ਪੀ ਜਾਂਦੀ, ਇਹਨੇ ਮਾੜਾ ਮੋਟਾ ਪੀ ਕੇ ਹਟ ਗਈ, ਜਦੋਂ ਨਾਗਣੀ ਨੇ ਪੀ ਕੇ ਹਟਣਾ ਉਦੋਂ ਬਾਅਦ ਇਹ ਨਾਲ ਹੀ ਲੱਗ ਜੂ। ਆਹਦੇ ਹੱਥ ਵੀ ਕਈ ਕਰਦੀਆਂ ਹੁੰਦੀਆਂ ਅਤੇ ਕਈ ਨਹੀਂ ਵੀ ਕਰਦੀਆਂ। ਆਹਦੇ ਹੁਣ ਆਪਦੇ ਨੇ ਨਾਗਣੀ ਨੂੰ ਹਟਾਉਂਦੀ ਹੈ, ਪਰ ਜਦੋਂ ਇਹ ਬੱਠਲ ਭਰਨਾ ਪੂਰਾ ਉਦੋਂ ਉਹਨੇ ਤਾਂ ਰੱਜ ਜਾਣਾ, ਤਾਂ ਆਮ ਅੱਜ ਨੂੰ ਬੱਠਲ ਉਦੋਂ ਗਾਹਲੇ 'ਚ ਪਾਇਪ ਲੱਗ ਗਏ ਨੇ, ਕਿਉਂਕਿ ਉਦੋਂ ਬਾਅਦ ਉਹਨੇ 60-70 ਕਿਲੋ ਪਾਣੀ ਬਹੁਤ ਹੁੰਦਾ, ਉਹਨੇ ਜਿਹੜਾ 30-40 ਕਿਲੋ ਪਾਣੀ ਪੀਣਾ ਤਾਂ ਜਾਂ ਕੁਛ ਹੁੰਦਾ ਅਤੇ ਗਾਹ ਦਾ ਚਲੇਗਾ, ਅਤੇ ਇਸ ਤਰ੍ਹਾਂ ਹੀ ਪਾਣੀ ਪੀ ਜਾਣਾ। ਅਤੇ ਹੁਣ ਆਪ ਪੀਊਗੀ, ਜਿਵੇਂ ਹੁਣ ਮੰਨ ਲਾ ਨਾਗਣੀ ਥੋੜ੍ਹੀ ਤਮੰਨਾ ਭਰ ਗਈ, ਜਦੋਂ ਰਾਜੇ ਦਾ ਉਹਨਾਂ ਟਾਈਮ ਦਾ ਨਹੀਂ ਪੜਦੇ ਮੂੰਹ ਜਿੰਨਾ ਟਾਈਮ ਰਾਜੇ ਜਾਂਦਾ, ਪਰ ਹੁਣ ਦੁਬਾਰੇ ਦੁਬਾਰੇ ਪਾਣੀ ਪਸ਼ੂ ਪੀਂਦੇ, ਹੁਣ ਜਿਵੇਂ ਨਾਗਣੀ ਨੇ ਹੁਣ ਸੈਟਿੰਗ ਕਰ ਲੈਣੀ ਹੈ, ਕਹਿਣ ਦਾ ਭਾਵ ਇਹ ਪਾਣੀ ਪੀ ਜਾਂਦੀ ਹੈ, ਅਤੇ ਜਦੋਂ ਹੁਣ ਪੈਪ ਕੱਢ ਲਈ ਬੱਠਲ ਭਰ ਗਿਆ, ਅਤੇ ਬਸ ਉਦੋਂ ਜਿਹੜੀ ਕੋਈ ਕੱਚ ਹੋਈ 5-10 ਲੀਟਰ ਦੀ, ਉਹਨਾਂ ਬੱਠਲ ਅੱਧਾ ਰਹੀ ਜਾਂਦਾ, ਉਦੋਂ ਬਾਅਦ ਨਾਗਣੀ ਦੁਬਾਰੇ ਫੇਰ ਪੀਊਗੀ, ਅਤੇ ਨਾ ਹੋ ਸਕਦਾ ਨਾ ਵੀ ਪਹਿਲੀ ਪਸ਼ੂ ਰੱਜ ਜਾਂਦਾ, ਪਰ ਦੁਬਾਰੇ ਪਸ਼ੂ ਇੱਕ ਵਾਰੀ ਸੈਟਿੰਗ ਜੀ ਕਰਕੇ ਪੀਂਦਾ ਜੇ ਪਾਣੀ ਕੋਲ ਹੋਵੇ,
ਤਾਂ ਹੁਣ ਉਹਦਾ ਬੱਠਲ ਭਰ ਜਾਣਾ ਅਤੇ ਆਪਦੇ ਇਹਨਾਂ ਦੇ ਵਿੱਚ ਬੱਠਲ ਲਾ ਦੇਣਾ ਇਹਨੇ, ਠੀਕ ਆ। ਦੋ ਦੋ ਝੋਟੀਆਂ ਨਾਲ ਤਾਂ ਐਂ ਪ੍ਰੇਮ ਪਿਆ ਰਹਿੰਦਾ, ਲੜਦੀਆਂ ਨਹੀਂ ਇੱਕ ਦੂਜੀ ਦੇ ਨਾਲ, ਨਹੀਂ ਤਾਂ ਸੰਗੀ ਖੜਕਾਈ ਜਾਂਦੀਆਂ ਰਹਿੰਦੀਆਂ। ਦੇਖ ਲਓ ਜੀ ਆਪਦੀ, ਹੁਣ ਇਹ ਜਦੋਂ ਇਹਨਾਂ ਨੇ ਬੱਠਲ ਨੇ ਮੁੱਕਣਾ ਉਦੋਂ ਉਹਦੀ ਪਹਿਲੀ ਤਸੱਲੀ ਹੋ ਜਾਣੀ ਆ ਮੱਝ ਦੀ, ਅਤੇ ਜੇ ਲੋੜ ਹੋਵੇ ਦੁਬਾਰੇ ਵੀ ਚੱਲ ਪੈ ਜਾਂਦਾ ਪਾਣੀ, ਉਹ ਤਾਂ ਗੱਲ ਵੱਖਰੀ ਆ ਵੀ ਤੇ ਘੱਟ ਵੱਧ ਹੋਵੇ, ਪਰ ਇਸ ਤਰ੍ਹਾਂ ਸਾਰੀਆਂ ਪੀ ਜਾਂਦੀਆਂ ਰਹਿੰਦੀਆਂ। ਹੁਣ ਜਿਹੜਾ ਪਾਣੀ ਇਹ ਹੁਣ ਖੇਤ ਵਾਲੀ ਡਿੱਗੀ 'ਚੋਂ ਆਉਂਦਾ, ਇਹ ਤਾਂ ਹੀ ਪ੍ਰੈਸ਼ਰ ਘੱਟ ਹੈ ਨਾ, ਅਤੇ ਥੋੜ੍ਹਾ ਆਉਂਦਾ, ਮਤਲਬ ਉਨਾ ਕੁ ਆਉਂਦਾ ਵੀ ਜਿੰਨਾ ਕੁ ਪੀ ਜਾਣ। ਰਕੇਸ਼